21% ਹਾਊਸ ਹੋਲਡ ਸਾਡੇ ਕੋਲ ਉਹ ਆਏ ਜਿਨ੍ਹਾਂ ਨੇ 10 ਲੱਖ ਤੋਂ ਵੱਧ ਕਰਜ਼ਾ ਲਿਆ ਬੱਚਿਆਂ ਨੂੰ ਬਾਹਰ ਭੇਜਣ। ਮਾਝੇ ਦੇ ਗੁਰਦਾਸਪੁਰ ਔਰ ਅੰਮ੍ਰਿਤਸਰ, ਦੁਆਬਾ ਦਾ ਨਵਾਂਸ਼ਹਿਰ SBS ਨਗਰ, ਮਾਲਵੇ ਚ ਫਿਰੋਜ਼ਪੁਰ ਡਿਸਟ੍ਰਿਕਟ ਵਿੱਚੋਂ 30% ਰੂਰਲ ਹਾਊਸ ਹੋਲਡਸ ਵਿੱਚੋਂ ਮਾਈਗ੍ਰੇਸ਼ਨ ਹੋ ਚੁੱਕੇ ਹੈ, ਸਟੱਡੀ ਵੀਜ਼ਾ ਤੇ ਗਏ ਹੈ। ਉਹਨਾਂ ਚ ਲੜਕੀਆਂ ਦੀ ਰੇਸ਼ੋ ਜ਼ਿਆਦਾ ਹੈ। ਜ਼ਮੀਨ ਜਿਹੜੀ ਟੌਪ ਸੋਇਲ ਵੀ, ਇਹ ਵੀ ਪਿੰਡਾਂ 'ਚ ਦੇਖਿਆ ਅਸੀਂ ਕਿ ਉੱਪਰਲੀ ਮਿੱਟੀ ਵੀ ਵੇਚੀ ਹੈ, ਫਾਰਮਿੰਗ ਇੰਪਲੀਮੈਂਟਸ ਵੀ ਹੈ, ਟਰੈਕਟਰ ਹੈ, ਕਾਰ ਹੈ ਔਰ ਗੋਲਡ ਕਾਫੀ ਹੈ। ਜੀ ਹਾਂ, ਇਹ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ, ਜਿਨ੍ਹਾਂ ਮੁਤਾਬਕ ਪੰਜਾਬ ਤੋਂ ਵਿਦੇਸ਼ ਜਾਣ ਜਾਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੋਕਾਂ ਨੇ ਆਪਣੇ ਖੇਤਾਂ ਦੀ ਮਿੱਟੀ ਤੋਂ ਲੈ ਕੇ ਟਰੈਕਟਰ ਮਿਹਨਤ ਨਾਲ ਬਣਾਏ ਸੋਨੇ ਦੇ ਗਹਿਣੇ ਤੱਕ ਵੇਚ ਦਿੱਤੇ। ਕਰੀਬ 14,500 ਕਰੋੜ ਦੇ ਕਰਜ਼ੇ ਹੇਠ ਪੰਜਾਬ ਦੇ ਪੇਂਡੂ ਖੇਤਰਾਂ ਦੇ ਲੋਕ ਆ ਗਏ। ਪੰਜਾਬ 'ਚੋਂ ਹੋ ਰਹੇ ਪ੍ਰਵਾਸ 'ਤੇ ਕੀਤੀ ਗਈ ਰਿਸਰਚ ਵਿੱਚ ਆਏ ਨਤੀਜੇ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਜ਼ਰੂਰ ਕਰਦੇ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਲ 1990 ਤੋਂ ਲੈ ਕੇ ਸਾਲ 2022 ਤੱਕ ਪੰਜਾਬ ਦੇ ਲੋਕਾਂ ਵੱਲੋਂ ਵਿਦੇਸ਼ ਜਾਣ ਦੇ ਰੁਝਾਨ ਬਾਰੇ ਸਟੱਡੀ ਕੀਤੀ ਹੈ। ਇਸ ਲਈ ਪੰਜਾਬ ਦੇ 22 ਜ਼ਿਲ੍ਹਿਆਂ ਦੇ 44 ਪਿੰਡਾਂ ਦੇ ਕਰੀਬ 9,500 ਘਰਾਂ ਨੂੰ ਇਸ ਸਰਵੇ ਵਿੱਚ ਸ਼ਾਮਲ ਕੀਤਾ ਗਿਆ। ਇਸ ਸਰਵੇ ਤੋਂ ਜੋ ਹੈਰਾਨੀਜਨਕ ਨਤੀਜੇ ਆਏ ਉਹਨਾਂ ਬਾਰੇ ਅਸੀਂ ਤੁਹਾਨੂੰ ਤਫਸੀਲ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਰਵੇ ਦੇ ਨਤੀਜਿਆਂ ਬਾਰੇ ਗੱਲ। ਪੰਜਾਬ ਦੇ ਪਿੰਡਾਂ ਵਿੱਚੋਂ ਕਰੀਬ 13.5% ਘਰਾਂ ਤੋਂ ਘੱਟੋ ਘੱਟ ਇੱਕ ਸ਼ਖਸ ਵਿਦੇਸ਼ ਗਿਆ ਹੋਇਆ। ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਨਵਾਂਸ਼ਹਿਰ ਵਰਗੇ ਜ਼ਿਲ੍ਹਿਆਂ ਵਿੱਚ ਇਹ ਅੰਕੜਾ ਤਾਂ 30% ਤੱਕ ਦਾ ਹੈ। ਸਭ ਤੋਂ ਵੱਧ ਵਿਦੇਸ਼ ਜਾਣ ਦਾ ਰੁਝਾਨ ਦੇਖਿਆ ਗਿਆ ਹੈ ਮਾਝੇ ਅਤੇ ਦੁਆਬੇ ਤੋਂ। ਵਿਦੇਸ਼ ਜਾਣ ਵਾਲਿਆਂ ਵਿੱਚੋਂ ਛੋਟੇ ਕਿਸਾਨਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਸਭ ਤੋਂ ਵੱਧ ਨੇ। ਇੱਕ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਵਿਦੇਸ਼ ਜਾਣ ਵਾਲਿਆਂ ਵਿੱਚ ਜੱਟ ਸਿੱਖ ਪਰਿਵਾਰਾਂ ਦੇ ਲੋਕ ਅੱਗੇ ਨੇ। ਕਰੀਬ 52% ਜੱਟ ਸਿੱਖ ਪਰਿਵਾਰਾਂ ਤੋਂ ਲੋਕਾਂ ਨੇ ਵਿਦੇਸ਼ਾਂ ਦਾ ਰੁਖ ਕੀਤਾ। ਅਗਲਾ ਸਵਾਲ ਇਹ ਹੈ ਕਿ ਕਿਹੜੇ ਕਿਹੜੇ ਮੁਲਕਾਂ ਵਿੱਚ ਪੰਜਾਬ ਤੋਂ ਲੋਕ ਜ਼ਿਆਦਾ ਗਏ। ਸਭ ਤੋਂ ਪਹਿਲਾ ਨੰਬਰ ਆਉਂਦਾ ਹੈ ਕੈਨੇਡਾ ਦਾ, ਜਿੱਥੇ ਕਰੀਬ 42% ਲੋਕ ਗਏ। ਫਿਰ ਨੰਬਰ ਆਉਂਦਾ ਹੈ ਦੁਬਈ ਦਾ, ਜਿੱਥੇ 16% ਲੋਕਾਂ ਨੇ ਰੁਖ ਕੀਤਾ। ਅੱਗੇ ਨੰਬਰ ਆਉਂਦਾ ਹੈ ਆਸਟ੍ਰੇਲੀਆ ਦਾ, ਜਿੱਥੇ ਕਰੀਬ 10% ਲੋਕ ਗਏ। ਫਿਰ ਨੰਬਰ ਇਟਲੀ, UK ਅਤੇ ਅਮਰੀਕਾ ਦਾ ਆਉਂਦਾ ਹੈ। ਅਗਲੀ ਗੱਲ ਆਉਂਦੀ ਹੈ ਕਿ ਕਿਸ ਤਰ੍ਹਾਂ ਦੇ ਵੀਜ਼ੇ ਉੱਤੇ ਲੋਕ ਵਿਦੇਸ਼ ਜਾ ਰਹੇ ਨੇ। ਸਭ ਤੋਂ ਵੱਧ 43% ਲੋਕ ਸਟੱਡੀ ਵੀਜ਼ਾ 'ਤੇ ਵਿਦੇਸ਼ ਜਾ ਰਹੇ ਨੇ। ਸਟੱਡੀ ਦੇ ਨਾਮ 'ਤੇ ਬਹੁਤੇ ਲੋਕ ਉੱਥੇ PR ਜਾਂ ਸਿਟੀਜ਼ਨਸ਼ਿਪ ਹਾਸਲ ਕਰਨ ਦੀ ਤਮੰਨਾ ਰੱਖਦੇ ਨੇ। ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ। 2015-16 ਤੋਂ ਸਟੱਡੀ ਵੀਜ਼ਾ ਲੈਣ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਵਰਕ ਵੀਜ਼ਾ ਦਾ, 33% ਲੋਕ ਕੰਮ ਲਈ ਵੀਜ਼ਾ ਲਗਾਉਂਦੇ ਨੇ। ਉਸ ਤੋਂ ਬਾਅਦ ਨੰਬਰ ਆਉਂਦਾ ਹੈ ਸਪਾਊਸ ਵੀਜ਼ਾ ਜਾਂ ਡਿਪੈਂਡੈਂਟ ਵੀਜ਼ਾ ਹਾਸਲ ਕਰਨ ਵਾਲਿਆਂ ਦਾ, ਜਿਨ੍ਹਾਂ ਦੀ ਗਿਣਤੀ 10% ਹੈ। ਇੱਕ ਹੋਰ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਸਾਲ 2016 ਤੋਂ ਬਾਅਦ ਸਟੱਡੀ ਵੀਜ਼ਾ 'ਤੇ ਜਾਣ ਵਾਲੇ ਨੌਜਵਾਨਾਂ ਵਿੱਚੋਂ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ, ਕਿਉਂਕਿ ਗੱਲ ਫਸ ਜਾਂਦੀ ਹੈ ਆਈਲੈਟਸ ਦਾ ਟੈਸਟ ਪਾਸ ਕਰਨ 'ਤੇ। ਜ਼ਿਆਦਾਤਰ ਮੁੰਡਿਆਂ ਦਾ ਹੱਥ ਅੰਗਰੇਜ਼ੀ ਵਿੱਚ ਤੰਗ ਹੁੰਦਾ ਹੈ। ਇਸ ਤੋਂ ਬਾਅਦ ਖੇਡ ਸ਼ੁਰੂ ਹੁੰਦਾ ਹੈ ਕਾਗਜ਼ੀ ਵਿਆਹਾਂ ਦਾ, ਅਤੇ ਕੁੜੀਆਂ ਦੇ ਭਰੋਸੇ ਬਹੁਤੇ ਮੁੰਡਿਆਂ ਦਾ ਵਿਦੇਸ਼ ਉਡਾਰੀ ਮਾਰਨ ਦਾ ਸੁਪਨਾ ਪੂਰਾ ਹੁੰਦਾ ਹੈ। ਸਟੱਡੀ ਵੀਜ਼ਾ 'ਤੇ ਗਏ ਹੈ ਉਹਨਾਂ 'ਚ ਲੜਕੀਆਂ ਦੀ ਰੇਸ਼ੋ ਜ਼ਿਆਦਾ ਹੈ। ਤੁਸੀਂ ਮੰਨ ਕੇ ਚੱਲੋ ਕਿ 2/3 ਜਿਹੜੀਆਂ ਲੜਕੀਆਂ ਹੈ ਔਰ 1/3 ਲੜਕੇ ਨੇ।
ਸੋ ਲੜਕਿਆਂ ਦੀ ਰੇਸ਼ੋ ਇਹਦੇ ਵਿੱਚ ਘੱਟ ਹੈ। ਉਹਦੇ ਚ ਰੀਜ਼ਨ ਇਹ ਵੀ ਹੈ ਕਿ ਆਈਲੈਟਸ ਜਿਹੜਾ ਹੈ ਉਹ ਲੜਕੀਆਂ ਹੀ ਜ਼ਿਆਦਾ ਕਲੀਅਰ ਕਰ ਪਾ ਰਹੀਆਂ, ਔਰ ਇਹਦੇ ਨਾਲ ਹੀ ਚੱਲਦੀ ਇੱਕ ਹੋਰ ਸੋਸ਼ਲ ਵਾਈਜ਼ ਜਿਹੜੀ ਸ਼ੁਰੂ ਹੋਈ ਸੀ ਕੰਟਰੈਕਟ ਮੈਰਿਜਸ ਦੀ ਵੀ, ਜਿਹੜੇ ਵੀ ਲੜਕੀਆਂ ਨਾਲ ਇਹ ਕੰਟਰੈਕਟ ਕਰਕੇ ਕਿ ਤੁਸੀਂ ਤੁਹਾਡਾ ਜਿੰਨਾ ਵੀ ਸਾਰਾ ਖਰਚਾ ਹੈ, ਚਾਹੇ ਉਹ ਕਮਿਊਟ ਕਰਨ ਦਾ, ਜਾਣ ਆਉਣ ਦਾ ਖਰਚਾ, ਜਾਂ ਉੱਥੇ ਫੀਸ ਦਾ ਹੈ, ਜਾਂ ਰਹਿਣ ਦਾ, ਵੀ ਉਹ ਲੜਕੇ ਵਾਲੇ ਬੀਅਰ ਕਰਨਗੇ, ਔਰ ਤੁਸੀਂ ਫਿਰ ਇਸ ਤੋਂ ਬਾਅਦ ਜਦੋਂ ਤੁਹਾਨੂੰ ਇਹਦਾ ਜਾ ਕੇ ਤੁਸੀਂ ਪੇਪਰਸ ਲਗਾ ਸਕਦੇ ਹੋ, ਤਾਂ ਤੁਸੀਂ ਇਸ ਲੜਕੇ ਨੂੰ ਵੀ ਨਾਲ ਲੈ ਕੇ ਜਾਓ। ਤਾਂ ਅੱਜ ਕੱਲ ਉਹ ਕੇਸ ਵੀ ਸਾਹਮਣੇ ਆਉਂਦੇ ਨੇ ਜਦੋਂ ਮੁੰਡੇ ਵਾਲੇ ਇਹ ਇਲਜ਼ਾਮ ਲਾਉਂਦੇ ਨਜ਼ਰ ਆਉਂਦੇ ਨੇ ਕਿ ਸਾਡੇ ਖਰਚੇ ਤੇ ਕੁੜੀ ਵਿਦੇਸ਼ ਗਈ, ਵਿਦੇਸ਼ੀ ਧਰਤੀ ਤੇ ਪੈਰ ਧਰਦਿਆਂ ਹੀ ਉਹ ਮੁੱਕਰ ਗਈ, ਮੁੰਡਾ ਸਾਡਾ ਜਹਾਜ਼ ਦੇ ਝੂਟੇ ਲੈਣ ਤੋਂ ਵਾਂਝਾ ਰਹਿ ਗਿਆ। ਖੈਰ ਇਸ ਦੇ ਪਿੱਛੇ ਕਾਰਨ ਕੀ ਹੁੰਦੇ ਨੇ ਉਹ ਵੱਖਰੇ ਤੌਰ ਤੇ ਦੇਖਣ ਦੀ ਲੋੜ ਹੈ। ਅਗਲੀ ਗੱਲ ਆਉਂਦੀ ਹੈ ਪੰਜਾਬੀਆਂ ਦੇ ਸਿਰ ਚੜੇ ਕਰਜ਼ੇ ਵਾਲੀ, ਕਿਉਂਕਿ ਸਟੱਡੀ ਵੀਜ਼ਾ ਆਸਾਨੀ ਨਾਲ ਮਿਲਦਾ ਹੈ ਤੇ ਜ਼ਿਆਦਾਤਰ ਲੋਕ ਇਹੀ ਵੀਜ਼ਾ ਹਾਸਲ ਕਰ ਰਹੇ ਨੇ। ਇਸ ਵੀਜ਼ੇ ਤੇ 15 ਤੋਂ ਲੈ ਕੇ 25 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਉਸ ਵਿੱਚ ਫੀਸਾਂ ਹੋਣ, ਐਡਵਾਂਸ ਰਕਮ ਜਮ੍ਹਾਂ ਕਰਾਉਣੀ ਹੋਵੇ, ਜਾਂ ਫਿਰ ਰਹਿਣ ਖਾਣ ਦਾ ਖਰਚਾ ਹੋਵੇ। ਸਰਵੇ ਦੇ ਨਤੀਜੇ ਕਹਿੰਦੇ ਨੇ ਕਿ ਵਿਦੇਸ਼ ਭੇਜੇ ਜਾਣ ਲਈ ਲਿਆ ਗਿਆ ਕਰਜ਼ਾ ਹਰ ਘਰ 'ਤੇ ਕਰੀਬ 3.25 ਲੱਖ ਰੁਪਏ ਤੱਕ ਬੈਠਦਾ ਹੈ। 1990 ਤੋਂ ਲੈ ਕੇ 2022 ਤੱਕ ਦੇ ਇਸ ਸਰਵੇ ਵਿੱਚ ਸਾਹਮਣੇ ਆਇਆ ਕਿ 14,392 ਕਰੋੜ ਰੁਪਈਆ ਕਰਜ਼ਾ ਲੋਕਾਂ ਨੇ ਵਿਦੇਸ਼ ਜਾਣ ਲਈ ਲਿਆ। ਇਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਪੈਸੇ ਇਕੱਠੇ ਕਰਨ ਲਈ ਕਰਜ਼ੇ ਤੋਂ ਇਲਾਵਾ ਹੋਰ ਕਿਹੜੀ ਚਾਰਾਜੋਈ ਕੀਤੀ ਗਈ। ਪੰਜਾਬ ਵਿੱਚ 5,639 ਕਰੋੜ ਦੀਆਂ ਲੋਕਾਂ ਨੇ ਆਪਣੀਆਂ ਚੀਜ਼ਾਂ ਵੇਚ ਦਿੱਤੀਆਂ, ਜਿਨ੍ਹਾਂ ਵਿੱਚ ਖੇਤੀਯੋਗ ਜ਼ਮੀਨ, ਖੇਤਾਂ ਵਿੱਚੋਂ ਮਿੱਟੀ ਦੀ ਪਰਤ ਤੇ ਟਰੈਕਟਰ ਸਣੇ ਹੋਰ ਖੇਤੀਬਾੜੀ ਦੇ ਸੰਦ ਵੀ ਵੇਚ ਦਿੱਤੇ ਗਏ। ਘਰ 'ਚ ਰੱਖਿਆ ਸੋਨਾ ਤੱਕ ਵੀ ਲੋਕ ਵੇਚਣ ਨੂੰ ਮਜਬੂਰ ਹੋਏ ਨੇ। ਅਗਲੀ ਗੱਲ ਆਉਂਦੀ ਹੈ ਕਿ ਇਸ ਦਾ ਕਾਰਨ ਕੀ ਹੈ, ਕਿਉਂ ਇੰਨੀ ਮਾਰੋ ਮਾਰ ਹੈ ਵਿਦੇਸ਼ ਜਾਣ ਦੀ। ਇਸ ਦੇ ਕਾਰਨ ਧਿਆਨ ਨਾਲ ਸੁਣਨਾ। ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਘੱਟ ਆਮਦਨ ਅਤੇ ਬੇਰੁਜ਼ਗਾਰੀ ਦੀ। ਫਿਰ ਨੰਬਰ ਆਉਂਦਾ ਹੈ ਮਾੜਾ ਪ੍ਰਸ਼ਾਸਨ ਅਤੇ ਸਿਸਟਮ ਵਿੱਚ ਖਾਮੀਆਂ ਦੀ। ਇਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ ਨਸ਼ੇ ਦੀ। 52% ਲੋਕਾਂ ਨੇ ਨਸ਼ੇ ਦੇ ਕੋੜ ਤੋਂ ਬਚਣ ਜਾਂ ਫਿਰ ਆਪਣੇ ਬੱਚਿਆਂ ਨੂੰ ਬਚਾਉਣ ਲਈ ਵਿਦੇਸ਼ ਦਾ ਰੁਖ ਕੀਤਾ। ਅਗਲੇ ਕਾਰਨ ਆਉਂਦੇ ਨੇ ਸਮਾਜਿਕ ਅਸੁਰੱਖਿਆ, ਘੱਟ ਜ਼ਮੀਨਾਂ ਜਾਂ ਬੇਜ਼ਮੀਨੇ ਲੋਕ। ਇਹ ਸਾਰੇ ਵਰਤਾਰੇ ਦੇ ਪਿੱਛੇ ਦੇ ਕਾਰਨ ਅਤੇ ਅਸਰ ਬਾਰੇ ਅਸੀਂ ਗੱਲ ਕੀਤੀ ਅਰਥ ਸ਼ਾਸਤਰੀ ਰਣਜੀਤ ਸਿੰਘ ਘੁੰਮਣ ਹੋਰਾਂ ਨਾਲ। ਉਹ ਕਹਿੰਦੇ ਨੇ ਜਿੰਨਾ ਕਰਜ਼ਾ ਲੋਕ ਚੁੱਕ ਰਹੇ ਨੇ ਉਹ ਪੰਜਾਬ 'ਚ ਨਿਵੇਸ਼ ਨਹੀਂ ਹੋ ਰਿਹਾ, ਸਗੋਂ ਵਿਦੇਸ਼ ਜਾ ਰਿਹਾ, ਜਿਸ ਦਾ ਇੱਥੇ ਦੀ ਆਰਥਿਕਤਾ 'ਚ ਕੋਈ ਫਾਇਦਾ ਨਹੀਂ ਹੈ। ਸਭ ਤੋਂ ਅਹਿਮ ਗੱਲ ਜੋ ਉਹ ਕਹਿੰਦੇ ਨੇ ਉਹ ਇਹ ਹੈ ਕਿ ਵਿਦੇਸ਼ ਜਾ ਰਹੇ ਬਹੁਤੇ ਲੋਕ ਵਾਪਸੀ ਕਰਨ ਲਈ ਨਹੀਂ ਜਾ ਰਹੇ, ਸਗੋਂ ਉੱਥੇ ਵਸਣ ਜਾ ਰਹੇ ਨੇ। ਵਿੱਤੀ ਪੂੰਜੀ ਦੇ ਨਾਲ ਨਾਲ ਮਨੁੱਖੀ ਪੂੰਜੀ ਵੀ ਪੰਜਾਬ ਤੋਂ ਬਾਹਰ ਜਾ ਰਹੀ ਹੈ। ਸਰਵੇ ਵਿੱਚ ਇੱਕ ਪੁਆਇੰਟ ਜੋ ਆਇਆ ਸੀ ਉਹ ਇਹ ਸੀ ਕਿ ਵਿਦੇਸ਼ ਦਾ ਰੁਖ ਕਰਨ ਵਾਲਿਆਂ ਵਿੱਚ ਜੱਟ ਸਿੱਖ ਪਰਿਵਾਰ ਜ਼ਿਆਦਾ ਨੇ। ਉਸ ਬਾਰੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਜੱਟ ਸਿੱਖ ਜ਼ਮੀਨਾਂ ਵੇਚ ਕੇ ਬਾਹਰ ਜਾਣ ਲਈ ਇਸ ਲਈ ਵੀ ਤਿਆਰ ਨੇ ਕਿਉਂਕਿ ਇੱਥੇ ਰੁਜ਼ਗਾਰ ਲਈ ਉਹ ਛੋਟੇ ਕੰਮ ਨਹੀਂ ਕਰਨਾ ਚਾਹੁੰਦੇ। ਉਹ ਗੱਲ ਵੱਖ ਹੈ ਕਿ ਵਿਦੇਸ਼ ਜਾ ਕੇ ਮਿਹਨਤ ਮਜ਼ਦੂਰੀ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਖੈਰ ਸਰਵੇ ਦੇ ਨਤੀਜੇ ਤੁਸੀਂ ਤਾਂ ਜਾਣ ਲਏ, ਪਰ ਦਿਲ ਛੋਟਾ ਨਹੀਂ ਕਰਨਾ। ਬਦਲਾਅ ਲੈ ਕੇ ਆਉਣ ਵਾਲੀ ਸਰਕਾਰ ਦੇ ਮੁਖੀ ਭਗਵੰਤ ਸਿੰਘ ਮਾਨ ਹੋਰਾਂ ਦਾ ਇਹ ਬਿਆਨ ਸੁਣੋ ਅਤੇ ਰੰਗਲੇ ਪੰਜਾਬ ਦੀ ਉਮੀਦ ਕਰਕੇ ਚਿੰਤਾ ਮੁਕਤ ਹੋ ਜਾਓ। ਬ੍ਰੇਨ ਡਰੇਨ ਬਿਲਕੁਲ ਰੋਕਣਾ, ਥੋੜ੍ਹਾ ਜਿਹਾ ਮੌਕਾ ਦੇ ਦਿਓ। ਅਸੀਂ ਇਸ ਤਰ੍ਹਾਂ ਦੀਆਂ ਪਲੈਨਿੰਗਾਂ ਕਰ ਰਹੇ ਹਾਂ ਕਿ ਇੱਥੇ ਅੰਗਰੇਜ਼ ਨੌਕਰੀਆਂ ਮੰਗਣ ਆਇਆ ਕਰਨਗੇ ਕਿ ਇੱਥੇ ਇੰਨੀ ਵਧੀਆ ਫੈਕਟਰੀ ਲੱਗ ਗਈ, ਸਾਨੂੰ ਉੱਥੇ ਕੰਮ ਮਿਲ ਜਾਏ। ਜੀ ਹਾਂ, ਗੋਰੇ ਨੌਕਰੀਆਂ ਕਰਨ ਪੰਜਾਬ ਆਉਣਗੇ।